ਗੱਲ ਇਹ ਹੋਈ ਹੈ ਜੀ, ਇਹ 14-15 ਸਾਲ ਹੋ ਗਏ ਸਾਡੀ ਲੜਕੀ ਨੂੰ ਉੱਥੇ ਵਿਆਹੀ ਨੂੰ। ਕਿਹੜੇ ਪਿੰਡ ਵਿਆਹੀ ਹੈ ਜੀ? ਪਹਿਲਾਂ ਪਿੰਡ ਬਾੜ ਸੀ ਅਤੇ ਹੁਣ ਉਹ ਇਹੋ ਜਿਹੇ ਹਾਲ ਦੀ ਘੜੀ ਉੱਥੇ ਸ਼ਹਿਰ ਅਜਨਾਲੇ 'ਚ ਰਹਿੰਦੇ ਆ, ਸਾਈਂ ਮੰਦਿਰ ਦੇ ਪਿਛਲੇ ਬੰਨੇ। ਕੀ ਨਾਮ ਆ ਜੀ? ਗੁਰਪ੍ਰੀਤ ਸਿੰਘ ਹੈ ਉਹਦਾ ਨਾਂ ਜੀ, ਅਤੇ ਪਿਓ ਦਾ ਨਾਂ ਸਰਦੂਲ ਸਿੰਘ ਹੈ। ਗੱਲ ਹੋਈ ਆ ਜੀ, ਇਹਨੇ ਦੋ ਢਾਈ ਮਹੀਨੇ ਪਹਿਲਾਂ ਵੀ ਇਹਨੇ ਸਾਡੀ ਲੜਕੀ ਦੇ ਇੱਥੇ ਸ਼੍ਰੀ ਸਾਹਿਬ ਦੇ ਨਾਲ ਬਾਹਾਂ ਦੇ ਉੱਤੇ ਕੱਟ ਲਾ ਕੇ ਇੱਥੋਂ ਸਾਰਾ ਉਹਨੂੰ ਵੱਢ ਟੁੱਕ ਦਿੱਤਾ ਸੀ ਇੱਥੋਂ। ਅਤੇ ਅਸੀਂ ਤਾਂ ਦੂਰ ਹਾਂ ਅਤੇ ਕਿਸੇ ਉੱਥੇ ਗੁਆਂਢੀ ਨੇ ਵਿਚਾਰੇ ਇਹਨੂੰ ਰਾਤ ਦਾ 8:30 ਦਾ ਟਾਈਮ ਸੀ ਇਹਨੂੰ ਦਾਖਲ ਕਰਾਇਆ ਅਜਨਾਲੇ ਸਿਵਲ ਹਸਪਤਾਲ 'ਚ। ਅਤੇ ਅਸੀਂ ਮੁੜ ਕੇ ਆਏ ਹਾਂ ਅਤੇ ਉਹ ਉਹਨਾਂ ਚਿਰ ਨੂੰ ਇੱਥੇ ਇਹਦੇ 'ਤੇ ਉਹ ਸਰਕਾਰੀ ਹਸਪਤਾਲ ਦੇ ਵਿੱਚ ਉਹ ਜਿਹੜੀ ਬਣਦੇ ਜਿਹੜੇ ਕਾਗਜ਼ ਪੱਤਰ ਸੱਟਾਂ ਸੁੱਟਾਂ ਦੇ ਜਿਹੜੇ MR ਜਿਹਨੂੰ ਕਹਿੰਦੇ ਆ, ਉਹਦੇ 'ਤੇ ਆਧਾਰ 'ਤੇ ਫਿਰ ਪੁਲਿਸ ਵਾਲਿਆਂ ਨੇ ਇਹਦੇ 'ਤੇ FIR ਦਰਜ ਕਰਕੇ ਅਤੇ 323 ਦਾ ਪਰਚਾ ਹੋਇਆ ਸੀ ਇਹਦੇ 'ਤੇ ਉਦੋਂ। ਅਤੇ ਇਹ ਉਦੋਂ ਤੋਂ ਸਾਡੇ ਦੇ ਨਾਲ ਫਿਰ ਬੜਾ ਇਹ ਮਤਲਬ ਸਾਰਾ ਡੰਬਰੀ ਨਾਰਾਜ਼ ਸੀ ਵੀ ਪਰਚਾ ਕਿਉਂ ਕਰਾਇਆ ਸਾਡੇ 'ਤੇ। ਹਾਂਜੀ, ਅਤੇ ਹੁਣ ਇਹ ਰੱਖੜੀ ਦਾ ਦਿਨ ਸੀ, 26 ਤਰੀਕ ਨੂੰ ਐਤਵਾਰ ਸੀ ਉਦਣ, ਅਤੇ ਉਹ ਕੁੜੀ ਗਈ ਨਹੀਂ ਆ ਅਤੇ ਇਹ ਦੂਜੇ ਵੀ ਸਾਡੇ ਆਏ ਸੀ ਕੁੜੀਆਂ ਰੱਖੜੀ ਬੰਨਣ ਲਾਉਣੇ। ਅਤੇ ਅਸੀਂ ਆਖਿਆ ਮੁੰਡੇ, ਮੈਂ ਤਾਂ ਮੇਰਾ ਬੇਟਾ ਸੀ, ਅਸੀਂ ਸੋਚਿਆ ਵੀ ਮੁੰਡਾ ਦਾ ਚੱਲ ਉੱਥੇ ਜਾ ਕੇ ਬਣਾ ਲਿਆਉਂਦੇ ਰੱਖੜੀ। ਹਾਂਜੀ, ਅਤੇ ਅਸੀਂ ਗਏ ਹਾਂ ਅਤੇ ਅਸੀਂ ਜਾ ਕੇ ਅਤੇ ਹਾਲੇ ਮੰਜੇ 'ਤੇ ਬੈਠੇ ਇਹਨਾਂ ਦੇ, ਅਤੇ ਇਹਨਾਂ ਨੇ ਨਹੀਂ ਸਾਨੂੰ ਕਿਸੇ ਨੇ ਖਵਾਇਆ। ਇਹਦੀ ਵੀ ਭੈਣ ਹੁਣਾ ਹੀ ਆਏ ਸੀ ਉੱਥੇ ਰੱਖੜੀ ਲੈ ਕੇ, ਮਾਂ ਪਿਓ ਵੀ ਸੀ। ਅਤੇ ਅਸੀਂ ਬੈਠੇ ਹਾਂ ਅਤੇ ਸਾਡੇ ਲਾਗੋਂ ਦੀ ਇਹ ਲੰਘ ਗਿਆ ਘਰੋਂ ਬਾਹਰ ਨੂੰ ਗੁਰਪ੍ਰੀਤ, ਅਤੇ ਇਹਨੇ ਮੁੜ ਕੇ ਪਤਾ ਨਹੀਂ ਕੀ ਉਹਨਾਂ ਦੇ ਨਾਲ ਸਲਾਹ ਕਰਕੇ ਆਪਸ ਵਿੱਚ ਅਤੇ ਆਇਆ ਸਾਡੇ ਲਾਗੇ। ਅਤੇ ਪਿਓ ਦੇ ਨੇ ਉਹਨਾਂ ਚਿਹਨ ਨੂੰ ਲਲਕਾਰਾ ਮਾਰਦਾ ਰੌਲਾ ਮਾਰਤਾ ਵੀ ਫੜ ਲਓ ਹੁਣ ਇਹਨਾਂ ਨੂੰ, ਪਤਾ ਲੱਗ ਜੂ, ਦੱਸ ਦਿਓ ਇਹਨੂੰ ਵੀ ਪਰਚਾ ਕਿਸ ਤਰ੍ਹਾਂ ਕਰਾਈਦਾ ਇਹਨਾਂ ਹੈ। ਅਤੇ ਇਹਨੇ ਉਹਨਾਂ ਚਿਹਨ ਉਹਦੇ ਵਾਰ ਕਰਤੇ ਉਹਦੇ 'ਤੇ। ਕਿਹਨੂੰ ਮਾਰਿਆ ਜੀ? ਸ਼੍ਰੀ ਸਾਹਿਬ, ਮੇਰਾ ਬੇਟਾ ਸੀ ਰਣਵੀਰ ਸਿੰਘ। ਕੀ ਨਾਮ ਜੀ? ਰਣਵੀਰ ਸਿੰਘ। ਕਿੱਥੇ ਕੀ ਮਾਰਿਆ ਜੀ? ਕਿੱਥੇ ਮਾਰਿਆ? ਇਸ ਆ ਜਿਹੜੀ ਅਸੀਂ ਗਾਤਰੇ ਪਾਉਂਦੇ ਸ਼੍ਰੀ ਸਾਹਿਬ ਜੀ, ਉਹ ਇਹਨੇ ਇੱਥੇ ਦਿਲ ਦੇ ਉੱਤੇ ਵਾਰ ਕੀਤਾ, ਉਹਦੇ 2 ਵਾਰ ਕੀਤੇ ਆ ਦਿਲ ਦੇ ਉੱਤੇ, ਇੱਕ ਮਗਰ ਕੀਤਾ ਲੱਕ ਦੇ ਵਿੱਚ ਮੋਹਰਾਂ ਦੇ। ਹਾਂਜੀ, ਅਤੇ ਉਹ ਇਸ ਵੇਲੇ ਬੜਾ ਉਹ ਸੀਰੀਅਸ ਹਾਲਤ ਵਿੱਚ ਸੀ। ਅਤੇ ਹਾਂਜੀ, ਅਸੀਂ ਇਸ ਵੇਲੇ ਜੀ ਅਸਕੋਟ ਹੋਸਪਿਟਲ ਦੇ ਕੰਪਲੈਕਸ ਵਿੱਚ ਖੜੇ ਹਾਂ ਬਾਹਰ। ਡਾਕਟਰ ਨੇ ਕਿਹਾ ਜੀ ਉਹ ਬਿਲਕੁਲ ਦਿਲ ਦੇ ਜਿਹੜਾ ਉਹ ਲੱਗ ਗਿਆ ਉਹਦਾ ਜ਼ਖਮ, ਅਤੇ ਕਾਫੀ ਡੂੰਘਾ ਵਾ। ਹਾਂਜੀ, ਅਤੇ ਮਤਲਬ ਇੱਕ ਫੇਫੜਾ ਜਿਹੜਾ ਉਹ ਵੀ ਉਹਨਾਂ ਨੇ ਦੱਸਿਆ ਵੀ ਉਹ ਪੈਂਚਰ ਹੋਇਆ ਹੋਇਆ ਅਤੇ ਹਾਰਟ ਦੇ ਉੱਤੇ ਆ, ਬਿਲਕੁਲ ਸੀਰੀਅਸ ਆ। ਅਸੀਂ ਰੱਬ ਅੱਗੇ ਦੁਆ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਉਹ ਮਹਾਰਾਜ ਨੂੰ ਤੰਦਰੁਸਤ ਕਰੇ, ਠੀਕ ਹੋਵੇ। ਅਤੇ ਇਹ ਜਿਹੜੇ ਦੋਸ਼ੀ ਆ ਸਾਰੇ, ਸਾਡੀ ਮੰਗ ਆ ਵੀ ਇਹਨਾਂ ਦੇ ਉੱਤੇ। ਹਾਂਜੀ ਹਾਂਜੀ, ਪੁਲਿਸ ਆਏ ਸੀ, ਵੇਖੋ ਜੀ ਪਰਚਾ ਤਾਂ ਦਾਖਲ ਹੋ ਗਿਆ, ਮੈਨੂੰ ਇੱਥੇ ਮੈਸੇਜ ਵੀ ਆ ਗਿਆ ਸੀ ਫੋਨ 'ਤੇ, ਅਤੇ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ। ਅਸੀਂ ਇਹੋ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਵੀ ਜਲਦੀ ਤੋਂ ਜਲਦੀ ਇਹਨਾਂ ਸਾਰਿਆਂ ਨੂੰ ਫੜ ਕੇ ਅਤੇ ਜੇਲ੍ਹ ਵਿੱਚ ਸੁੱਟਿਆ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ। ਮੇਰਾ ਇਕੱਲਾ ਲੜਕਾ ਵਾ, ਅਤੇ ਉਹ ਬਹੁਤ ਜ਼ਿਆਦਾ ਇਹਨੂੰ ਜਾਨੋਂ ਮਾਰਨ ਦੀ ਨਾਲ ਉਹਦੇ 'ਤੇ ਇੱਥੇ ਦਿਲ 'ਤੇ ਵਾਰ ਕੀਤੇ ਬੜੇ। ਕੀ ਗੱਲ ਹੋਈ ਆ? ਕੁਛ ਨਹੀਂ, ਇੱਦਾਂ ਘਰ ਵਿੱਚ ਪਤੀ ਮੈਨੂੰ ਵੀ ਸੱਟਾਂ ਸੁੱਟਾਂ ਵੇਖੋ ਕਿੱਦਾਂ ਲਾਈਆਂ ਵਾ, ਅਤੇ ਵੀ ਮੇਰੇ ਰੱਖੜੀ ਸੀ ਅਤੇ ਮੈਨੂੰ ਨਹੀਂ ਇੰਨਾ ਪੇਕੇ ਜਾਣ ਦਿੱਤਾ। ਮੇਰੇ ਵੀਰ ਜੀ, ਮੇਰੇ ਡੈਡ ਜੀ ਆਏ ਆ ਅਤੇ ਮੇਰੇ ਕੋਲ ਰੱਖੜੀ ਬਣਾਉਣ, ਅਤੇ ਮੈਂ ਉਹਨਾਂ ਨੂੰ ਮਿਲ ਕੇ ਅਤੇ ਪਾਣੀ ਪੂਣੀ ਲੈਣ ਚੱਲ ਗਈ ਉਹਨਾਂ ਵਾਸਤੇ, ਅਤੇ ਇਹਨਾਂ ਨੇ ਆਣ ਕੇ ਮੇਰੇ ਸੱਸ ਸਹੁਰੇ ਨੇ ਨਾਨ ਨੇ ਘਰ ਵਾਲੇ ਨੇ ਅਤੇ ਉਹਨਾਂ 'ਤੇ ਸ਼੍ਰੀ ਸਾਹਿਬ ਕੱਢ ਕੇ ਸੱਟਾਂ ਲਾਤੀਆਂ ਵਾ, ਅਤੇ ਜਦੋਂ ਮੈਂ ਵੇਖਿਆ ਤਾਂ ਮੇਰਾ ਵੀਰ ਲਹੂ ਲਵਾਨ ਹੋਇਆ ਵਾ। ਕੀ ਨਾਮ ਆ ਜੀ ਤੁਹਾਡੇ ਭਰਾ ਦਾ? ਰਣਵੀਰ ਸਿੰਘ। ਨਵੇਂ ਵੀਰ ਲਹੂ ਲਵਾਨ ਹੋਇਆ ਵਾ, ਅਤੇ ਅਸੀਂ ਦੌਦਾ ਉਹਦੇ ਮਗਰ ਹੋਸਪਿਟਲ ਭੱਜ ਗਏ ਹਾਂ, ਅਤੇ ਘਰ ਵਾਲਾ ਮੇਰਾ ਠੀਕ ਠਾਕ ਸਾਰਾ ਪਰਿਵਾਰ ਬਾਕੀ ਵੀ ਇਹ ਮਗਰ ਨਹੀਂ ਸਾਡੇ ਗਏ। ਅਤੇ ਮੇਰੇ ਵੀਰ ਜੀ ਬਹੁਤ ਹਾਲਤ ਅਜੇ ਵੀ ਬਹੁਤ ਹਾਲਤ ਮਾੜੀ ਵਿੱਚ ਆ ਅਜੇ ਵੀ, ਅਤੇ ਚਲੋ ਮਹਾਰਾਜ ਉਹਨਾਂ 'ਤੇ ਮੇਰੇ ਲੱਗੀਆਂ ਜੀ। ਨਹੀਂ, ਉਹ ਬਿਲਕੁਲ ਠੀਕ ਠਾਕ ਆ। ਹਾਂਜੀ, ਅਤੇ ਉਹਨਾਂ ਸ਼੍ਰੀ ਸਾਹਿਬ ਵੀ ਇੰਨਾ ਤਿੱਖਾ ਕਰਾਇਆ, ਵੇਖੋ ਮੇਰੇ ਮੈਂ ਵੀ ਇੱਕ ਸਾਡੀ ਵੀ ਮੇਰੀ ਮੌਤ ਹੀ ਹੋ ਗਈ ਸੀ ਉਦੋਂ, ਅਤੇ ਵੀ ਮੇਰੀ ਵੀ ਨਹੀਂ ਕੋਈ ਸੁਣਵਾਈ ਹੋਈ। ਕੀ ਕਰਨੀ ਸੀ ਲੜਾਈ ਦਾ? ਲੜਾਈ ਦਾ ਕਾਰਨ ਨਹੀਂ, ਉਹ ਘਰ ਵਿੱਚ ਵਿਹਲੇ ਕੰਮ ਨਹੀਂ ਕਰਦੇ, ਕੁੱਟ ਮਾਰ ਸਾਨੂੰ, ਅਤੇ ਅਸੀਂ ਵੀ ਜਨਾਨੀ ਘਰ ਵਿੱਚ ਕਿੱਥੋਂ ਲਿਆ ਕੇ ਉਹਨੂੰ ਖਾਣ ਨੂੰ ਦਵੇ। ਫਿਰ ਕੋਈ ਨਸ਼ਾ ਨੁਸ਼ਾ ਵੀ ਕਰਦੇ? ਨਸ਼ੇ ਪਹਿਲਾਂ ਹੈਗੇ, ਹੁਣ ਅੰਬਰ ਛਕਿਆ ਪਾਠ ਕਰਦੇ ਸਵੇਰੇ ਸ਼ਾਮ, ਅਤੇ ਸ਼੍ਰੀ ਸਾਹਿਬ ਬਹੁਤ ਤਿੱਖੇ ਕਰਵਾ ਕੇ ਰੱਖਦੇ ਆ। ਇੱਦਾਂ ਸਾਨੂੰ ਖਤਰਾ ਵਾ 24 ਘੰਟੇ ਉਹਨਾਂ ਕੋਲੋਂ, ਮੇਰੇ ਬੱਚੇ ਬੇਟੇ ਨੂੰ ਵੀ ਮੇਰੇ ਖਤਰਾ ਰਹਿੰਦਾ ਵਾ, ਅਤੇ ਮੈਨੂੰ ਵੀ ਅਤੇ ਮੇਰੇ ਵੀਰ ਜੀ ਤਾਂ ਮਹਾਂ ਹੀ ਬਚੇ ਆ, ਮਹਾਰਾਜ ਹੀ ਰੱਖ ਗਿਆ ਉਹਨਾਂ ਨੂੰ। ਅਤੇ ਉਹਦੇ 'ਚ ਕੁੱਲ 5 ਬੰਦਿਆਂ ਦੇ ਖਿਲਾਫ 307 ਦਾ ਮੁਕੱਦਮਾ ਦਰਜ ਆ, ਕਿਉਂਕਿ ਉਹਦੀ ਇੰਜਰੀ ਜਿਹੜੀ ਆ ਉਹਦੀ ਗ੍ਰੀਵੀਅਸ ਆਈ ਹੈ, ਰਜਿਸਟਰ ਲਾਈਫ ਹੈ, ਉਹਦੇ ਤਹਿਤ ਅੱਗੇ ਤਫਤੀਸ਼ ਕਰ ਰਹੇ ਹਾਂ। ਸਰ, FIR ਦਰਜ ਕੀਤੀ ਗਈ ਹੈ ਜੀ? ਕਿਹੜੀ ਕਿਹੜੀ ਧਾਰਾ ਲਗਾਈ? 307।
ਬਾਕੀ ਰੈਲੇਵੈਂਟ ਸੈਕਸ਼ਨ ਜਿਹੜੇ ਹੋਰ ਹੋਣਗੇ। ਸਰ ਉਹਨਾਂ ਦਾ ਘਰ ਵਾਲਿਆਂ ਦਾ ਕਹਿਣਾ ਕਿ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜੀ? ਉਹ ਪੁਲਿਸ ਕਰ ਰਹੀ ਹੈ ਜੀ, ਇਨਵੈਸਟੀਗੇਸ਼ਨ ਕਰ ਰਹੀ ਹੈ, ਕਿਉਂਕਿ ਸਾਨੂੰ ਇਹ ਪਤਾ ਲੱਗਾ ਵੀ ਇਹਦੇ 'ਚ ਝਗੜੇ 'ਚ ਦੂਜੀ ਧਿਰ ਦੇ ਵੀ ਸੱਟਾਂ ਲੱਗੀਆਂ, ਅਤੇ ਉਹ ਵੀ ਮੈਟਰ ਵੇਰੀਫਾਈ ਹੋ ਰਿਹਾ, ਇਨਵੈਸਟੀਗੇਸ਼ਨ ਚੱਲ ਰਹੀ ਹੈ। देश विदेश की राज्य प्रदेश की सभी तरह की खबरों से जुड़े रहने के लिए हमारे चैनल को शेयर करें, अच्छा लगे तो लाइक करें और आगे बने रहने के लिए सब्सक्राइब करें।